ਆਪਾਂ ਕਮਾਂਡ ਕਰਨੀ ਹੈਗੀ ਹੈ ਰੈਫਰੈਂਸ ਪਲੇਨ। ਰੈਫਰੈਂਸ ਪਲੇਨ ਦਾ ਆਹ ਜਿਹੜੇ ਪਲੇਨ ਆ ਰਹੇ ਆ ਨਾ, ਬਾਏ ਡਿਫੋਲਟ ਮੇਰੇ ਕੋਲ ਤਿੰਨ ਹੀ ਪਲੇਨ ਹੈਗੇ ਆ ਜਿਹਦੇ ਉੱਤੇ ਮੈਂ ਕੰਮ ਕਰ ਸਕਦਾ, ਠੀਕ ਹੈ। ਪਰ ਸਪੋਜ਼ ਕਰੋ ਮੈਨੂੰ ਹੁਣ ਜਿੱਦਾਂ ਇਹ ਸੈਂਟਰ 'ਚ ਨਹੀਂ ਹੈਗਾ, ਤੁਸੀਂ ਦੇਖਿਆ ਸੀਗਾ ਸੈਂਟਰ, ਇਹ ਸੈਂਟਰ 'ਚ ਨਹੀਂ ਹੈਗਾ, ਬਟ ਮੈਨੂੰ ਪਲੇਨ ਸੈਂਟਰ 'ਚ ਚਾਹੀਦਾ, ਫਿਰ ਕੀ ਕਰਾਂਗੇ? ਫਿਰ ਅਸੀਂ ਜਾਵਾਂਗੇ ਇੱਥੇ ਰੈਫਰੈਂਸ ਜਮੈਟਰੀ ਦੇ ਵਿੱਚ। ਰੈਫਰੈਂਸ ਜਮੈਟਰੀ ਦੇ ਵਿੱਚ ਆਪਸ਼ਨ ਹੈ ਪਲੇਨ ਦੀ, ਪਲੇਨ ਲਓ, ਇੱਕ ਫੇਸ ਇੱਥੇ ਕਲਿੱਕ ਕੀਤਾ, ਇੱਕ ਫੇਸ ਇੱਥੇ ਕਲਿੱਕ ਕੀਤਾ, ਅਤੇ ਬਿਲਕੁਲ ਸੈਂਟਰ 'ਚ ਪਲੇਨ ਆ ਜਾਊਗਾ ਦੋਨਾਂ ਦੇ। ਆਹ ਦੇਖੋ ਇਹ ਮਿਡ ਪਲੇਨ ਆਟੋਮੈਟਿਕਲੀ ਔਨ ਹੋ ਜਾਂਦਾ, ਠੀਕ ਹੈ। ਇੱਥੋਂ ਕੁਛ ਚੇਂਜ ਕਰਨ ਦੀ ਲੋੜ ਨਹੀਂ, ਤੁਸੀਂ ਬਸ ਸਿਲੈਕਟ ਕਰਨਾ ਅਤੇ ਆਟੋਮੈਟਿਕਲੀ ਉੱਥੇ ਪਲੇਨ ਕ੍ਰੀਏਟ ਹੋ ਜਾਊਗਾ, ਠੀਕ ਹੈ। ਬਹੁਤ ਕੰਮ ਦੀ ਕਮਾਂਡ ਹੈਗੀ ਹੈ। ਪਲੇਨ ਦਿੱਤਾ, ਇੱਕ ਫੇਸ ਆ, ਇੱਕ ਫੇਸ ਆ, ਠੀਕ ਹੈ। ਦੋ ਫੇਸ ਸਿਲੈਕਟ ਕਰਾਂਗੇ ਤਾਂ ਦੋਨਾਂ ਦੇ ਬਿਲਕੁਲ ਸੈਂਟਰ 'ਚ ਪਲੇਨ ਆ। ਜੇ ਤੁਸੀਂ ਪਲੇਨ ਦੇਖਣਾ ਨਹੀਂ ਚਾਹੁੰਦੇ ਤਾਂ ਇੱਥੋਂ ਕਲਿੱਕ ਕਰਕੇ ਆ ਐਵੇਂ ਜੀ ਬੜੀਆਂ ਹਾਈਡ ਕਰ ਸਕਦੇ, ਅਤੇ ਕਲਿੱਕ ਕਰਕੇ ਹਾਈਡ ਕਰ ਸਕਦੇ, ਠੀਕ ਹੈ। ਜੇ ਅਸੀਂ ਪਲੇਨ ਲੈ ਕੇ ਇੱਕ ਫੇਸ ਆ, ਇੱਕ ਫੇਸ ਆ, ਇੱਦਾਂ ਸਿਲੈਕਟ ਕਰ ਲੈਂਦੇ ਹਾਂ, ਤਾਂ ਇਹ ਦੋ ਪਲੇਨਾਂ ਦੇ ਵਿੱਚ ਪਲੇਨ ਆ ਜਾਵੇ, ਠੀਕ ਹੈ। ਇੰਟਰਸੈਕਟਿੰਗ ਪਲੇਨ ਮੈਨੂੰ ਕਹਾਂਗੇ ਟੂ ਫੇਸ ਇੰਟਰਸੈਕਟਿੰਗ, ਇੱਕ ਫੇਸ ਆ, ਇੱਕ ਫੇਸ ਆ, ਇੱਕ ਫੇਸ ਆ, ਇਹਦੇ ਉੱਤੇ ਦੁਬਾਰਾ ਕਲਿੱਕ ਕਰ ਦਾਂਗੇ ਤਾਂ ਛੱਡ ਦੂਗਾ। ਜੇ ਕੋਈ ਚੀਜ਼ ਗਲਤੀ ਨਾਲ ਸਿਲੈਕਟ ਹੋ ਜਾਂਦੀ ਹੈ, ਸਿਰਫ ਪਲੇਨ ਨਹੀਂ ਕੁਛ ਵੀ, ਉਹਦੇ ਉੱਤੇ ਦੁਬਾਰਾ ਕਲਿੱਕ ਕਰ ਦਿਓ ਤਾਂ ਉਹਨੂੰ ਛੱਡ ਦੂਗਾ, ਠੀਕ ਹੈ। ਵਿਚਾਲੇ ਹੀ ਕਰ ਲਈਏ, ਹੈਂ ਵਿਚਾਲੇ ਹੀ ਆਊਗਾ ਇਹਨਾਂ ਦੋਨਾਂ ਦਾ ਸੈਂਟਰ 'ਚ, ਬਰਾਬਰ ਨਹੀਂ ਨਾ ਹੈ, ਚੌਰਸ ਨਹੀਂ ਨਾ ਹੈ, ਜੇ ਚੌਰਸ ਹੁੰਦਾ ਤਾਂ ਫਿਰ ਆਉਂਦੇ ਸੀ, ਠੀਕ ਹੈ। ਇਹਦੇ ਵਿੱਚ ਇੱਕ ਹੋਰ ਆਪਸ਼ਨ ਵੀ ਹੈਗੀ ਹੈ, ਕੋਈ ਮੈਨੂੰ ਕਹਿੰਦਾ ਵੀ ਮੈਨੂੰ ਇੱਥੋਂ ਦੀ 15 ਇੱਧਰ ਚਾਹੀਦਾ, ਤਾਂ ਪਲੇਨ ਲਓ, ਆ ਫੇਸ ਸਿਲੈਕਟ ਕਰੋ, ਡਾਇਰੈਕਸ਼ਨ ਕਹਿੰਦਾ ਫਲਿਪ ਆਫਸੈਟ, ਕਿੰਨਾ ਡਿਸਟੈਂਸ, ਮੈਂ ਕਿਹਾ ਜੀ 15। ਫਾਇਦਾ ਕੀ ਹੋਇਆ, ਹੁਣ ਕੋਈ ਵੀ ਚੀਜ਼ ਬਣਾਉਣੀ ਹੈ ਇਸ ਪਲੇਨ ਦੇ ਉੱਤੇ ਮੈਂ ਬਣਾ ਸਕਦਾ। ਹੁਣ ਜੇ ਇਹਨੂੰ ਮੈਂ ਨੋਰਮਲ ਕਰ ਦੇਵਾਂ ਤਾਂ ਸਰਕਲ ਕਿੱਥੇ ਬਣ ਰਿਹਾ, ਜਿਹੜੇ ਜਿਹੜੇ ਪਲੇਨ ਦੇ ਉੱਤੇ ਆਪਾਂ ਹੈਗੇ ਹਾਂ, ਠੀਕ ਹੈ। ਡਾਇਰੈਕਸ਼ਨ ਇੱਧਰ ਨੂੰ, ਓਕੇ, ਜਿਵੇਂ ਹੁਣ ਮੈਨੂੰ ਪਤਾ ਹੈ ਕਿ 15 ਡਿਸਟੈਂਸ ਤੋਂ ਸਟਾਰਟ ਹੋ ਕੇ ਅੱਗੇ ਜਾ ਰਿਹਾ ਹੈਗਾ। ਇੱਕ ਪਲੇਨ ਹੋਰ ਆਪਾਂ ਬਣਾ ਸਕਦੇ ਹੈਗੇ ਹਾਂ, ਹੁਣ ਮੈਂ ਪਲੇਨ ਲਿਆ, ਫੇਸ ਸਿਲੈਕਟ ਕੀਤਾ, ਡਾਇਰੈਕਸ਼ਨ ਪਿੱਛੇ ਨੂੰ ਕਰਤੀ, ਇੱਥੇ ਇੱਕ ਦੀ ਬਜਾਏ ਮੈਂ ਵੱਧ ਦੇ ਦਿੰਦਾ, 3-4 ਜਿੰਨੇ ਪਲੇਨ ਦੇ ਦਾਂਗੇ ਉਨੇ ਪਲੇਨ ਬਣ ਜਾਣਗੇ। ਨਹੀਂ ਜਿਹਦੇ 'ਤੇ ਆਪਾਂ ਹੁਣ ਜਿੱਦਾਂ ਐਕਸਟਰੂਡ ਕੱਟ ਕਰਨਾ, ਜਿਹੜੇ ਪਲੇਨ ਨੂੰ ਸਿਲੈਕਟ ਕਰ ਰੱਖ ਕੇ ਨੋਰਮਲ ਕਰ ਦਾਂਗੇ ਉਹਦੇ ਉੱਤੇ ਡਰਾਇੰਗ ਬਣਨ ਲੱਗ ਜਾਣੀ। ਠੀਕ ਹੈ ਨਾ, ਇਹੋ ਸਕਦਾ ਇੱਕ ਇੱਥੋਂ ਬਣਾਉਣਾ ਹੋਵੇ ਅਤੇ ਇੱਕ ਇੱਧਰੋਂ ਬਣਾਉਣਾ ਹੋਵੇ, ਜਿਹੜੇ ਪਲੇਨ ਨੂੰ ਸਿਲੈਕਟ ਕੀਤਾ ਉਹ ਉਹਦੇ ਤੋਂ ਬਣਾਉਣਾ ਸ਼ੁਰੂ ਕਰ ਦਿਓ, ਠੀਕ ਹੈ। ਇੱਕ ਕੰਮ ਆਪਾਂ ਹੋਰ ਕਰ ਸਕਦੇ ਹੈਗੇ ਹਾਂ, ਪਲੇਨ ਬਣਾਉਂਦੇ ਹੋਏ ਇੱਕ ਫੇਸ ਸਿਲੈਕਟ ਕਰ ਲਓ ਅਤੇ ਇੱਕ ਐਜ ਸਿਲੈਕਟ ਕਰ ਲਓ, ਅਤੇ ਇੱਥੇ ਆਪਸ਼ਨ ਹੈ ਐਂਗਲ ਦੀ, ਐਟ ਐਂਗਲ ਕਿੰਨੇ ਡਿਗਰੀ 'ਤੇ, ਮੈਂ ਕਿਹਾ ਜੀ 30 ਡਿਗਰੀ, ਠੀਕ ਹੈ। ਡਾਇਰੈਕਸ਼ਨ ਚੇਂਜ ਕਰ ਸਕਦਾ ਇੱਧਰ ਨੂੰ ਜਾਂ ਇੱਧਰ ਨੂੰ, 30 ਡਿਗਰੀ ਪਲੇਨ ਬਣਿਆ ਜੀ, ਹਾਂ।
ਹੁਣ ਜੋ ਕੁਛ ਵੀ ਬਣੂਗਾ ਇਸੇ ਪਲੇਨ ਦੇ ਉੱਤੇ ਬਣੂਗਾ। ਠੀਕ ਹੈ, ਕੱਲ ਨੂੰ ਆਪਾਂ ਇਹ ਐਂਗਲ ਚੇਂਜ ਕਰ ਦਾਂਗੇ ਤਾਂ ਉਹ ਵੀ ਆਟੋਮੈਟਿਕਲੀ। ਠੀਕ ਹੈ, ਦੁਬਾਰਾ ਵੇਖੀਏ, ਇੱਕ ਸਰਫੇਸ ਅਤੇ ਇੱਕ ਐਂਗਲ ਅਤੇ ਉਸ ਤੋਂ ਬਾਅਦ ਆ ਐਂਗਲ ਦਾ। ਠੀਕ ਹੈ, ਜਿੰਨੇ ਡਿਗਰੀ ਕਰ ਦਾਂਗੇ ਉੰਨੇ ਡਿਗਰੀ ਤੇ ਆ ਜਾਣਾ। ਠੀਕ ਹੈ, ਇੱਕ ਕੰਮ ਆਪਾਂ ਹੋਰ ਕਰ ਸਕਦੇ ਹਾਂ ਕਿ ਕੋਈ ਵੀ ਤਿੰਨ ਪੁਆਇੰਟ ਲੈ ਲਈਏ, ਇੱਕ ਪੁਆਇੰਟ ਆ, ਇੱਕ ਪੁਆਇੰਟ ਆ, ਵਰਟੈਕਸ, ਤਿੰਨ ਵਰਟੈਕਸ, ਇੱਕ ਪੁਆਇੰਟ ਏ, ਇੱਕ ਪੁਆਇੰਟ ਏ, ਇੱਕ ਪੁਆਇੰਟ ਆ, ਤਿੰਨਾਂ ਨੂੰ ਕੱਟਦਾ ਹੋਇਆ ਪਲੇਨ ਬਣ ਜਾਂਦਾ। ਠੀਕ, ਪਲੇਨ ਲਿਆ, ਇੱਕ ਪੁਆਇੰਟ ਏ, ਇੱਕ ਪੁਆਇੰਟ ਏ ਅਤੇ ਇੱਕ ਪੁਆਇੰਟ, ਤਿੰਨਾਂ ਨੂੰ ਕੱਟਦਾ ਹੋਇਆ ਪਲੇਨ, ਥ੍ਰੀ ਪੁਆਇੰਟ ਇੰਟਰਸੈਕਟਿੰਗ ਪਲੇਨ। ਠੀਕ ਹੈ, ਇੱਕ ਕੰਮ ਆਪਾਂ ਹੋਰ ਕਰ ਸਕਦੇ ਹਾਂ, ਇੱਕ ਆ ਐਜ ਲੈ ਲਓ ਅਤੇ ਇੱਕ ਆ ਐਜ ਲੈ ਲਓ, ਦੋਨੋਂ ਐਜਿਸ ਨੂੰ ਕੱਟਦਾ ਹੋਇਆ ਪਲੇਨ ਬਣਾ। ਠੀਕ ਹੈ, ਕੋਈ ਜ਼ਰੂਰੀ ਨਹੀਂ ਹੈ ਐਜਿਸ ਹੋਣ, ਅਸੀਂ ਇੱਥੇ ਇਸ ਪਲੇਨ ਦੇ ਉੱਤੇ ਜੇ ਮੈਂ ਕੋਈ ਲਾਈਨ ਹੀ ਲਾ ਦਾਂ। ਠੀਕ, ਉਸ ਤੋਂ ਬਾਅਦ ਪਲੇਨ ਇੱਕ ਲਾਈਨ ਆ। ਠੀਕ ਹੈ, ਲਾਈਨ ਨੂੰ ਤਾਂ ਆਪਾਂ ਡਿਮੈਂਸ਼ਨ ਦੇ ਹੀ ਸਕਦੇ ਹੈਗੇ ਹਾਂ ਵੀ ਕਿੰਨੇ ਡਿਸਟੈਂਸ 'ਤੇ ਚਾਹੀਦਾ, ਮਤਲਬ ਜੇ ਅਜੇ ਨਾ ਹੋਵੇ ਤਾਂ ਲਾਈਨ ਲਗਾ ਲਓ। ਠੀਕ, ਇੱਕ ਕੰਮ ਆਪਾਂ ਹੋਰ ਕਰ ਸਕਦੇ ਹੈਗੇ ਹਾਂ, ਸਪੋਜ਼ ਕਰੋ ਇਹਦੇ ਉੱਤੇ ਕੋਈ ਗੋਲ ਚੀਜ਼ ਹੈ। ਠੀਕ ਹੈ, ਹੁਣ ਗੋਲ ਚੀਜ਼ ਦੇ ਉੱਤੇ ਮੈਂ ਸਕੈਚ ਨਹੀਂ ਬਣਾ ਸਕਦਾ, ਫਿਰ ਮੈਨੂੰ ਪਲੇਨ ਚਾਹੀਦਾ ਹੋਊਗਾ, ਇੱਕ ਪਲੇਨ ਚਾਹੀਦਾ ਜਿਹੜਾ ਇਹਦੇ ਨਾਲ ਟੈਂਜੈਂਟ ਹੋਵੇ ਅਤੇ ਆਹ ਫੇਸ ਦੇ ਨਾਲ ਪਰਪੈਂਡੀਕੁਲਰ ਜਾਂ ਪੈਰਲਲ ਜਾਂ ਐਂਗਲ 'ਤੇ। ਐਂਗਲ ਕਿੰਨੇ ਡਿਗਰੀ, ਮੈਂ 30 ਡਿਗਰੀ, ਯਾਨੀ ਕਿ ਉਹਦੇ ਨਾਲ ਟੈਂਜੈਂਟ ਹੈ ਅਤੇ ਆਹ ਫੇਸ ਦੇ ਨਾਲ 30 ਡਿਗਰੀ 'ਤੇ ਹੈ, ਜਾਂ ਪਰਪੈਂਡੀਕੁਲਰ ਹੈ ਜਾਂ ਪੈਰਲਲ ਹੈ, ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈਗੀ ਹੈ ਉਹ ਤੁਸੀਂ ਕਰ ਸਕਦੇ। ਸਮਝ ਆਈ, ਹੁਣ ਬਿਲਕੁਲ ਉਹਦੇ ਨਾਲ ਟੈਂਜੈਂਟ ਹੈ। ਪਲੇਨ ਲਿਆ, ਗੋਲ ਸਰਫੇਸ ਅਤੇ ਨਾਲ ਕਿਹੜਾ ਫੇਸ। ਠੀਕ ਹੈ, ਇੱਕ ਕੰਮ ਆਪਾਂ ਹੋਰ ਕਰ ਸਕਦੇ ਹਾਂ, ਸਪੋਜ਼ ਕਰ ਮੈਂ ਇੱਕ ਸਕੈਚ ਹੀ ਬਣਾ ਲਿਆ ਕਿਸੇ ਵੀ ਪਲੇਨ 'ਤੇ, ਸਪਲਾਈਨ ਬਣਾ ਲਿਆ। ਠੀਕ ਹੈ, ਇਹ ਵੀ ਬਹੁਤ ਕੰਮ ਆਊਗੀ ਕਮਾਂਡ। ਅਤੇ ਮੈਂ ਕੀ ਕਿਹਾ, ਪਲੇਨ ਬਣਾਉਣਾ ਚਾਹੁੰਦੇ ਹਾਂ ਇਸ ਕਰਵ ਦੇ ਉੱਪਰ ਕਿੱਥੇ, ਆਹ ਪੁਆਇੰਟ 'ਤੇ, ਇੱਕ ਕਰਵ ਸਿਲੈਕਟ ਕੀਤੀ ਅਤੇ ਇੱਕ ਪੁਆਇੰਟ ਸਿਲੈਕਟ ਕੀਤੀ, ਸਵੀਪ ਕਰਨ ਦੇ ਕੰਮ ਆਊਗਾ। ਠੀਕ ਹੈ, ਵਗੈਰਾ ਕਰਦੇ ਹਾਂ, ਪਲੇਨ ਆ ਅਤੇ ਇੱਕ ਕਰਵ। ਠੀਕ, ਜਿਹੜਾ ਪੁਆਇੰਟ ਸਿਲੈਕਟ ਕਰ ਲਾਂਗੇ, ਇਹ ਪੁਆਇੰਟ ਜੇ ਮੈਂ ਸੈਂਟਰ 'ਚ ਕੋਈ ਕਰ ਲਵਾਂ ਤਾਂ ਉੱਥੇ ਬਣ ਜਾ। ਠੀਕ, ਇਹ ਬਹੁਤ ਕੰਮ ਆਊਗਾ, ਸਭ ਤੋਂ ਇੰਪੋਰਟੈਂਟ ਇਹੀ ਹੈ, ਜਿੱਦਾਂ ਮੈਂ ਇੱਥੇ ਕੋਈ ਚੀਜ਼ ਬਣਾ ਲਾ ਨਾ ਅਤੇ ਆ ਸਕੈਚ ਬਣਾਉਣ ਵਾਸਤੇ ਮੈਨੂੰ ਪਲੇਨ ਚਾਹੀਦਾ ਸੀ ਆਹ ਸਰਕਲ, ਅਦਰਵਾਈਜ਼ ਇਹ ਸਵੀਪ ਕਰਨ ਵਾਸਤੇ ਮੈਨੂੰ ਦੋ ਸਕੈਚ ਚਾਹੀਦੇ, ਇਹ ਸਕੈਚ ਬਣਾਉਣ ਵਾਸਤੇ ਤੁਹਾਨੂੰ ਪਲੇਨ ਬਣਾਉਣਾ।
ठीक है, चाहे सिंगल प्लेन पे आया, कोई चीज नहीं बनी हुई, फिर भी ऐसी प्लेन बना था उन्हें भी, किन्ने प्लेन चाहिए, मैं कह जी 3-4 प्लेन चाहिए, फ्लिप ऑफसेट किन्ने किन्ने डिस्टेंस से चाहिए, डिस्टेंस उन्हें सारे तो मैं स्केच बना था। जिथो मैं प्लेन बंद कर दा व्यू प्लेन तो बंद कर दा तो हाइट हो जाएंगे सारे, ठीक है, इतो होना चाहिए, ये अंदर भी होंगे आयनक जी बनिया ना, इतों जो आप प्लेन बंद कर दूंगा तो बंद हो जाएगा, ठीक है, हो सकता बार ना हो गए ये अंदर, ठीक है, समझ आई, ये प्लेन सी है।